ਸਾਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਸਰਪ੍ਰੀਤ ਸਿੰਘ, ਮੈਂ ਪ੍ਰਿੰਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪ੍ਰਿੰਸ ਪੰਜਾਬੀ ਟ੍ਰੈਵਲਰ ਉੱਪਰ ਸਵਾਗਤ ਕਰਦੇ ਹਾਂ ਜੀ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਯਾਤਰਾ ਸ਼ੁਰੂ ਕਰਨ ਜਾ ਰਹੇ ਹਾਂ ਜੀ, ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਵਿਖੇ। ਰਿਸ਼ੀਕੇਸ਼ ਤੱਕ ਜੀ ਆਪਾਂ ਬਾਏ ਟ੍ਰੇਨ ਆਏ ਸੀਗੇ ਜੀ। ਰਿਸ਼ੀਕੇਸ਼ ਤੋਂ ਬਾਅਦ ਬਾਕੀ ਸਫ਼ਰ ਤਕਰੀਬਨ 300 ਕਿਲੋਮੀਟਰ ਜੀ ਪਹਾੜੀ ਰਸਤਾ ਆਇਆ, ਉਹ ਆਪਾਂ ਬਾਏ ਬੱਸ ਪੂਰਾ ਕੀਤਾ ਆ ਜੀ। ਰਿਸ਼ੀਕੇਸ਼ ਤੋਂ ਚੱਲ ਕੇ ਕਿਸ ਜਗ੍ਹਾ ਦੇ ਉੱਤੇ ਸਟੇਅ ਕਰਨੀ ਚਾਹੀਦੀ ਆ, ਕਿਉਂਕਿ ਆਪਣੇ ਨਾਲ ਕਈ ਵਾਰ ਬੱਚੇ ਹੁੰਦੇ ਨੇ, ਬਜ਼ੁਰਗ ਹੁੰਦੇ ਨੇ ਜੀ, ਸੌਖੀ ਸਟੇਅ ਮਿਲ ਜਾਂਦੀ ਆ ਰਿਸ਼ੀਕੇਸ਼ ਤੋਂ ਬਾਅਦ। ਆਪਾਂ ਤੁਹਾਨੂੰ ਉਹ ਜਗ੍ਹਾ ਦਿਖਾਵਾਂਗੇ ਜੀ। ਫਿਰ ਆਪਾਂ ਜੋਸ਼ੀ ਮੱਠ ਪਹੁੰਚਦੇ ਹਾਂ ਜੀ। ਜੋਸ਼ੀ ਮੱਠ ਤੋਂ 50 ਰੁਪਏ ਲੈਂਦੇ ਨੇ ਜੀ, ਉਹ ਪਰ ਪਰਸਨ ਦੇ ਹਿਸਾਬ ਨਾਲ ਫਿਰ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਵਿਖੇ ਪਹੁੰਚਾਇਆ ਜਾਂਦਾ ਆ ਜੀ। ਫਿਰ ਇਸ ਜਗ੍ਹਾ ਤੋਂ ਪੈਦਲ ਯਾਤਰਾ ਆਪਾਂ ਸ਼ੁਰੂ ਕਰ ਸਕਦੇ ਹਾਂ, ਕਿਸ ਜਗ੍ਹਾ ਤੋਂ ਯਾਤਰਾ ਸ਼ੁਰੂ ਕਰ ਸਕਦੇ ਹਾਂ, ਕਿਸ ਜਗ੍ਹਾ ਤੱਕ ਗੱਡੀਆਂ ਜੀ 50 ਰੁਪਏ ਦੇ ਵਿੱਚ ਪਹੁੰਚਾਉਂਦੀਆਂ ਨੇ, ਉਹ ਸਾਰਾ ਤੁਹਾਨੂੰ ਇਸ ਵੀਡੀਓ 'ਚ ਆਪਾਂ ਦੱਸਾਂਗੇ ਜੀ। ਜਾਣੀ ਤਕਰੀਬਨ 3-4 ਵੀਡੀਓਜ਼ ਬਣਨਗੀਆਂ, 3-4 ਬਲੌਗ ਬਣਨਗੇ। ਤੁਸੀਂ ਸਾਡੀਆਂ ਸਾਰੀਆਂ ਵੀਡੀਓਜ਼ ਜ਼ਰੂਰ ਦੇਖਿਓ। ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਸਾਡਾ ਹੌਸਲਾ ਵਧਾਇਆ ਕਰੋ, ਲਾਈਕ ਸ਼ੇਅਰ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਕਰਿਆ ਕਰੋ ਜੀ। ਵੀਡੀਓ ਦੇ ਵਿੱਚ ਜੀ ਜੇ ਤੁਸੀਂ ਕਮੈਂਟ ਬਾਕਸ ਵਿੱਚ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਤਾਂ ਪੁੱਛ ਸਕਦੇ ਹੋ, ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਜੀ। ਆਓ ਹੁਣ ਆਪਾਂ ਇਸ ਵੀਡੀਓ ਦੀ ਸ਼ੁਰੂਆਤ ਕਰੀਏ। ਇਹ ਹੈ ਜੀ ਆਪਣੀ ਬੱਸ, ਆਪਾਂ ਰਿਸ਼ੀਕੇਸ਼ ਤੋਂ ਇਹਦੇ ਵਿੱਚ ਬੈਠੇ ਹਾਂ ਅਤੇ ਅੱਗੇ ਨੂੰ ਜਾ ਰਹੇ ਹਾਂ ਸ਼੍ਰੀਨਗਰ ਨੂੰ। ਅੱਜ ਦੀ ਰਾਤ ਆਪਾਂ ਸਟੇਅ ਸ਼੍ਰੀਨਗਰ ਕਰਾਂਗੇ, ਫਿਰ ਅੱਗੇ ਨੂੰ ਚੱਲਾਂਗੇ ਆਪਾਂ ਹੇਮਕੁੰਟ ਸਾਹਿਬ ਨੂੰ। ਅਤੇ ਇਹ ਪਹਿਲਾ ਸਟੋਪ ਕੀਤਾ ਇਸ ਜਗ੍ਹਾ ਦੇ ਉੱਤੇ, ਅਤੇ ਇਸ ਜਗ੍ਹਾ ਨੂੰ ਨਾ ਤਿੰਨ ਧਾਰਾ ਜਗ੍ਹਾ ਕਿਹਾ ਜਾਂਦਾ ਆ। ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਆਪਣੀ, ਤੇ ਬੰਦੇ ਜਿਹੜੀ ਕਿਸੇ ਨੇ ਨਿੰਬੂ ਪਾਣੀ ਪੀਣਾ ਆ ਉਹ ਪੀ ਰਿਹਾ ਆ, ਖੀਰਾ ਵਗੈਰਾ ਖਾਣਾ ਆ ਉਹ ਖਾ ਰਿਹਾ ਆ। ਜਿਹੜੀ ਇਹ ਜਗ੍ਹਾ ਆ ਜੀ, ਇਹਨੂੰ ਤਿੰਨ ਧਾਰਾਂ ਇਸ ਲਈ ਕਿਹਾ ਜਾਂਦਾ ਆ ਕਿਉਂਕਿ ਪਾਣੀ ਦੀਆਂ ਤਿੰਨ ਧਾਰਾਵਾਂ ਇਸ ਜਗ੍ਹਾ ਦੇ ਉੱਤੇ ਵਹਿੰਦੀਆਂ ਨੇ ਜੀ। ਆ ਜਾਓ ਹੁਣ ਆਪਾਂ ਚੱਲਦੇ ਹਾਂ ਅੱਗੇ ਨੂੰ ਜੀ। ਆਪਾਂ ਜੀ ਪੰਜਾਬ ਤੋਂ ਆਪਣੀ ਯਾਤਰਾ ਸ਼ੁਰੂ ਕਰਕੇ ਸ਼੍ਰੀਨਗਰ ਉੱਤਰਾਖੰਡ ਦੇ ਇਸ ਸਥਾਨ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਪਹੁੰਚੇ ਹਾਂ ਜੀ। ਅੱਜ ਦੀ ਰਾਤ ਆਪਾਂ ਇਸ ਜਗ੍ਹਾ 'ਤੇ ਜੀ, ਇਸ ਸਥਾਨ 'ਤੇ ਸਟੇਅ ਕਰਾਂਗੇ ਜੀ। ਆ ਜਾਓ ਸਭ ਤੋਂ ਪਹਿਲਾਂ ਜੀ ਆਪਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ ਜੀ, ਬਾਕੀ ਦੀ ਗੱਲਬਾਤ ਉਸ ਤੋਂ ਬਾਅਦ ਕਰਾਂਗੇ ਜੀ। ਇਹ ਆ ਜੀ ਅੱਜ ਦਾ ਹੁਕਮਨਾਮਾ ਸਾਹਿਬ, ਤੁਸੀਂ ਵੀਡੀਓ ਨੂੰ ਰੋਕ ਕੇ ਪੜ੍ਹ ਸਕਦੇ ਹੋ ਜੀ। ਆ ਜਾਓ ਹੁਣ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ ਦੇ ਅੰਦਰ ਨੂੰ ਜੀ। ਆਪਾਂ ਸਭ ਨੇ ਮਿਲ ਕੇ ਜੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਲਏ ਨੇ ਜੀ। ਆ ਜਾਓ ਚੱਲਦੇ ਹਾਂ ਹੁਣ ਆਪਾਂ ਬਾਹਰ ਨੂੰ ਜੀ। ਇਹ ਬਿਲਕੁਲ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ, ਇਸ ਜਗ੍ਹਾ ਤੋਂ ਤੁਸੀਂ ਰੂਮ ਬੁੱਕ ਕਰ ਸਕਦੇ ਹੋ ਜੀ। ਰੂਮ ਦਾ ਕਿਰਾਇਆ 1100 ਰੁਪਏ ਤੋਂ ਲੈ ਕੇ 2000 ਰੁਪਏ ਤੱਕ ਆ ਜੀ। ਜੇਕਰ ਤੁਸੀਂ ਫ੍ਰੀ ਦੇ ਵਿੱਚ ਸਟੇਅ ਕਰਨਾ ਚਾਹੁੰਦੇ ਹੋ ਤਾਂ ਫ੍ਰੀ ਦੇ ਵਿੱਚ ਵੀ ਸਟੇਅ ਹੋ ਜਾਂਦੀ ਆ ਜੀ। ਹੌਲ ਬਣਿਆ ਹੋਇਆ ਆ, ਉਹਦੇ ਵਿੱਚ ਗੱਦੇ ਲੱਗੇ ਹੋਏ ਨੇ, ਫ੍ਰੀ ਦੇ ਵਿੱਚ ਤੁਹਾਨੂੰ ਗੱਦਿਆਂ 'ਤੇ ਪੈਣ ਨੂੰ ਮਿਲ ਜਾਂਦਾ ਆ ਜੀ। ਜੇਕਰ ਤੁਸੀਂ ਰਿਸ਼ੀਕੇਸ਼ ਤੋਂ ਸਿੱਧਾ ਜੀ ਗੋਬਿੰਦ ਘਾਟ ਸਾਹਿਬ ਤੱਕ ਜਾਣਾ ਚਾਹੁੰਦੇ ਹੋ ਤਾਂ ਬੱਸਾਂ ਵਾਲੇ ਅਤੇ ਛੋਟੀਆਂ ਸੂਮੋ ਵਾਲੇ ਜੀ 1000 ਰੁਪਇਆ ਪਰ ਪਰਸਨ ਦੇ ਹਿਸਾਬ ਨਾਲ ਚਾਰਜ ਕਰਦੇ ਨੇ ਜੀ। ਤੁਸੀਂ ਸੌਖੇ ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਸਾਹਿਬ ਤੱਕ ਪਹੁੰਚ ਸਕਦੇ ਹੋ ਜੀ। ਜੇਕਰ ਤੁਸੀਂ ਇਸ ਸਥਾਨ 'ਤੇ ਨਹੀਂ ਰੁਕਣਾ ਚਾਹੁੰਦੇ, ਇਸ ਸਥਾਨ ਤੋਂ ਅੱਗੇ ਰੁਕਣਾ ਚਾਹੁੰਦੇ ਹੋ, ਸ਼੍ਰੀਨਗਰ ਤੋਂ ਅੱਗੇ ਜਾਣਾ ਚਾਹੁੰਦੇ ਹੋ,
ਤਾਂ ਰਸਤੇ ਦੇ ਵਿੱਚ ਕਈ ਅਸਥਾਨ ਆਉਂਦੇ ਨੇ, ਗੁਰਦੁਆਰਾ ਸਾਹਿਬ ਆਉਂਦੇ ਨੇ ਜੀ, ਗੋਬਿੰਦ ਘਾਟ ਸਾਹਿਬ ਤੋਂ ਪਹਿਲਾਂ ਤੁਸੀਂ ਉਹਨਾਂ ਦੇ ਉੱਤੇ ਵੀ ਸਟੇਅ ਕਰ ਸਕਦੇ ਹੋ, ਰੁਕ ਸਕਦੇ ਹੋ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਕਰਿਆ ਕਰੋ ਜੀ। ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਸਾਹਿਬ ਦੀ ਦੂਰੀ ਤਕਰੀਬਨ 300 ਕਿਲੋਮੀਟਰ ਦੀ ਆ ਜੀ, ਇਸ ਲਈ ਸਾਨੂੰ ਰਸਤੇ ਦੇ ਵਿੱਚ ਇੱਕ ਜਗ੍ਹਾ ਕਿਸੇ ਵੀ ਜਗ੍ਹਾ ਦੇ ਉੱਤੇ ਸਟੇਅ ਕਰ ਲੈਣੀ ਚਾਹੀਦੀ ਆ। ਲੰਮਾ ਪੈਂਡਾ ਤੈਅ ਕਰਕੇ ਹੁਣ ਆਪਾਂ ਪਹੁੰਚੇ ਹਾਂ ਗੋਬਿੰਦ ਘਾਟ ਸਾਹਿਬ ਵਿਖੇ ਬਣੇ ਹੋਏ ਸਥਾਨ ਸ਼੍ਰੀ ਹੇਮਕੁੰਟ ਸਾਹਿਬ ਵਿਖੇ। ਉਸ ਪਰਮਾਤਮਾ ਉਸ ਵਾਹਿਗੁਰੂ ਦੀ ਕਿਰਪਾ ਸਦਕਾ ਇਸ ਸਥਾਨ ਦੀ ਇਹ ਮੇਨ ਐਂਟਰੀ ਆ ਜੀ। ਆਜੋ ਆਪਾਂ ਚੱਲਦੇ ਹਾਂ ਇਸ ਸਥਾਨ ਦੇ ਅੰਦਰ ਨੂੰ, ਦਰਸ਼ਨ ਕਰਦੇ ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਰੂਮ ਲੈਂਦੇ ਹਾਂ ਜੀ। ਅਤੇ ਇਹ ਇਤਿਹਾਸ ਦਾ ਬੋਰਡ ਲੱਗਿਆ ਹੋਇਆ, ਤੁਸੀਂ ਵੀਡੀਓ ਨੂੰ ਰੋਕ ਕੇ ਇਤਿਹਾਸ ਨੂੰ ਪੜ੍ਹ ਸਕਦੇ ਹੋ ਜੀ। ਹਿੰਦੀ 'ਚ ਇਸ ਕਰਕੇ ਲਿਖਿਆ ਹੋਇਆ ਜੀ ਕਿਉਂਕਿ ਆਪਾਂ ਉੱਤਰਾਖੰਡ ਦੇ ਵਿੱਚ ਹਾਂ ਅਤੇ ਇੱਥੇ ਜ਼ਿਆਦਾਤਰ ਹਿੰਦੀ ਹੀ ਬੋਲੀ ਜਾਂਦੀ ਹੈ, ਇਸ ਕਰਕੇ ਇੱਥੇ ਹਿੰਦੀ ਦੇ ਵਿੱਚ ਇਤਿਹਾਸ ਲਿਖਿਆ ਹੋਇਆ ਜੀ। ਤੁਸੀਂ ਸਾਹਮਣੇ ਪੜ੍ਹ ਸਕਦੇ ਹੋ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੀ ਗੋਬਿੰਦ ਘਾਟ, ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਇਸ ਸਥਾਨ ਉੱਪਰ ਝੂਲਦਾ ਹੋਇਆ ਜੀ। ਬਹੁਤ ਜ਼ਿਆਦਾ ਸੰਗਤ ਇਸ ਸਥਾਨ ਉੱਪਰ ਆਈ ਹੋਈ ਹੈ ਜੀ। ਇਹ ਬਣਿਆ ਹੋਇਆ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਮ ਉੱਪਰ ਨਿਵਾਸ ਸਥਾਨ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੇਮਕੁੰਟ ਨਿਵਾਸ। ਆਓ ਚੱਲਦੇ ਹਾਂ ਜੀ ਆਪਾਂ ਅੱਗੇ ਨੂੰ। ਇਹ ਹੈ ਜੀ ਕਠੜੀ ਘਰ ਜਿੱਥੇ ਆਪਾਂ ਆਪਣਾ ਸਮਾਨ ਜਮ੍ਹਾਂ ਕਰਵਾ ਸਕਦੇ ਹਾਂ। ਇਸ ਸਾਈਡ ਕਾਫੀ ਚੀਜ਼ਾਂ ਨੇ, ਇੱਕ ਇੱਕ ਕਰਕੇ ਦਿਖਾਉਂਦੇ ਹਾਂ ਜੀ। ਇੱਥੇ 3 ਨੰਬਰ ਕਾਊਂਟਰ ਤੋਂ ਆਪਾਂ ਅਗਰ ਕਮਰੇ ਬੁੱਕ ਕਰਾਉਣੇ ਹੋਣ ਤਾਂ ਉਹ ਕਰਾ ਸਕਦੇ ਹਾਂ। ਸਾਹਮਣੇ ਜੀ ਆਪਾਂ ਪਿੰਨੀ ਪ੍ਰਸ਼ਾਦ ਲੈ ਸਕਦੇ ਹਾਂ ਇਸ ਸਥਾਨ ਉੱਪਰ। ਸਾਹਮਣੇ ਹੈ ਜੀ ਲੰਗਰ ਹਾਲ। ਆਓ ਆਪਾਂ ਲੰਗਰ ਹਾਲ ਵੱਲ ਚੱਲੀਏ। ਲੰਗਰ ਹਾਲ ਨੂੰ ਜਾਂਦੇ ਹੋਏ ਜੀ ਇੱਕ ਪਾਸੇ ਅਸੀਂ ਦੇਖ ਸਕਦੇ ਜੋੜਾ ਘਰ ਬਣਿਆ ਹੋਇਆ। ਆਜੋ ਆਪਾਂ ਸਾਰੇ ਜਣੇ ਰਲ ਮਿਲ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ। ਥੱਲੜੇ ਪਾਸੇ ਗੁਰੂ ਕੇ ਲੰਗਰ, ਜੋੜਾ ਘਰ ਅਤੇ ਪਿੰਨੀ ਪ੍ਰਸ਼ਾਦ ਕਾਊਂਟਰ ਬਣਿਆ ਹੋਇਆ ਆ, ਆਪਾਂ ਵੀਡੀਓ ਦੇ ਵਿੱਚ ਦੇਖਿਆ ਆ। ਉੱਪਰਲੇ ਪਾਸੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਕੀਤੇ ਹੋਏ ਨੇ ਜੀ। ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਰਹੇ ਹੋ,
ਗੁਰਦੁਆਰਾ ਸਾਹਿਬ ਨੂੰ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਜੀ, ਸਜਾਵਟ ਕੀਤੀ ਹੋਈ ਆ। 25 ਮਈ ਤੋਂ ਇਸ ਯਾਤਰਾ ਦੀ ਸ਼ੁਰੂਆਤ ਹੋਈ ਆ ਜੀ, ਤਕਰੀਬਨ ਅਕਤੂਬਰ ਮਹੀਨੇ ਤੱਕ ਇਹ ਯਾਤਰਾ ਚੱਲਦੀ ਆ ਜੀ। ਇਹ ਆ ਜੀ ਅੱਜ ਦਾ ਹੁਕਮਨਾਮਾ ਸਾਹਿਬ, ਤੁਸੀਂ ਵੀਡੀਓ ਨੂੰ ਰੋਕ ਕੇ ਪੜ੍ਹ ਸਕਦੇ ਹੋ ਜੀ। ਬਹੁਤ ਮਿਹਨਤ ਮੁਸ਼ੱਕਤ ਆਪਣੀ ਫੌਜ ਮਿਲਟਰੀ ਕਰਦੀ ਆ ਜੀ ਇਸ ਯਾਤਰਾ ਨੂੰ ਸ਼ੁਰੂ ਹੋਣ ਤੋਂ ਪਹਿਲਾਂ, ਕਿਉਂਕਿ ਰਸਤਿਆਂ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਹੁੰਦੀ ਆ। ਗੁਰਦੁਆਰਾ ਸਾਹਿਬ ਦੇ ਵਿੱਚ ਹੀ ਅਸੀਂ ਲਿਆ ਜੀ ਕਮਰਾ, 502 ਨੰਬਰ ਸਾਡਾ ਕਮਰਾ ਜੀ ਇਹ ਵਾਲਾ, ਅਤੇ ਆਓ ਹੁਣ ਆਪਾਂ ਦੇਖਦੇ ਹਾਂ। 1100 ਰੁਪਏ ਦੇ ਵਿੱਚ ਅਸੀਂ ਲਿਆ ਜੀ ਇਹ ਕਮਰਾ, ਡਬਲ ਬੈੱਡ ਲੱਗੇ ਹੋਏ ਨੇ, 2 ਗੱਦੇ ਪਏ ਨੇ, ਅਤੇ ਸਾਹਮਣੇ ਅਸੀਂ ਦੇਖ ਸਕਦੇ ਹਾਂ 2 ਅਟੈਚ ਵਾਸ਼ਰੂਮ ਨੇ। ਜੇਕਰ ਆਪਾਂ ਫ੍ਰੀ ਦੇ ਵਿੱਚ ਰੁਕਣਾ ਹੋਵੇ ਤਾਂ ਆਪਾਂ ਨੂੰ ਗੱਦੇ ਮਿਲ ਜਾਂਦੇ ਨੇ, ਬੰਕ ਬੈੱਡ ਮਿਲ ਜਾਂਦੇ ਨੇ, ਜਿੱਥੇ ਆਪਾਂ ਆਪਣੀ ਰਾਤ ਗੁਜ਼ਾਰ ਸਕਦੇ ਹਾਂ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੀ। ਜਾਣੀ ਕੋਈ ਵੀ ਪਰੇਸ਼ਾਨੀ ਕਿਸੇ ਵੀ ਤਰ੍ਹਾਂ ਦੀ ਜੀ ਨਹੀਂ ਆਉਂਦੀ ਹੈਗੀ ਰੂਮ ਦੇ ਵਿੱਚ ਰਹਿਣ ਦੇ ਵਿੱਚ, ਕੋਈ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਆਉਂਦੀ ਨਹੀਂ ਜੀ। ਜਾਣੀ ਸੌਖਾ ਬੰਦਾ ਇਸ ਜਗ੍ਹਾ ਦੇ ਉੱਤੇ ਸਟੇਅ ਕਰ ਸਕਦਾ, ਰਹਿ ਸਕਦਾ ਆ। ਗੁਰਦੁਆਰਾ ਸਾਹਿਬ ਦੇ ਵਿੱਚ ਹੀ ਜੀ ਛੋਟੀ ਜਿਹੀ ਮਾਰਕੀਟ ਬਣੀ ਹੋਈ ਹੈ, ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ, ਜਿੱਥੋਂ ਆਪਾਂ ਕੋਈ ਸਮਾਨ ਖਰੀਦਣਾ ਹੋਵੇ ਜ਼ਰੂਰਤ ਦਾ, ਜਿਵੇਂ ਰੁਮਾਲ ਘੜੇ ਵਗੈਰਾ, ਤਾਂ ਆਪਾਂ ਖਰੀਦ ਸਕਦੇ ਹਾਂ। ਜੇਕਰ ਨਾ ਜੀ ਆਪਾਂ ਹੈਲੀਕਾਪਟਰ ਰਾਹੀਂ ਗੋਬਿੰਦ ਘਾਟ ਸਾਹਿਬ ਤੋਂ ਗੋਬਿੰਦ ਧਾਮ ਸਾਹਿਬ ਤੱਕ ਜਾਣਾ ਹੋਵੇ ਤਾਂ ਤਕਰੀਬਨ 5500-5600 ਰੁਪਈਆ ਆਉਣ ਜਾਣ ਦਾ ਕਿਰਾਇਆ ਲੈਂਦੇ ਨੇ ਉਹ, ਅਤੇ ਇੱਕ ਪਾਸੇ ਦਾ ਤਕਰੀਬਨ 3000 ਰੁਪਈਆ ਕਿਰਾਇਆ ਲੈਂਦੇ ਨੇ ਗੋਬਿੰਦ ਘਾਟ ਸਾਹਿਬ ਤੋਂ ਗੋਬਿੰਦ ਧਾਮ ਤੱਕ ਜੀ। ਫਿਰ ਉਸ ਤੋਂ ਬਾਅਦ 1 ਕਿਲੋਮੀਟਰ ਚੜ੍ਹਾਈ ਰਹਿ ਜਾਂਦੀ ਆ। ਅਗਲੀ ਵੀਡੀਓ ਦੇ ਵਿੱਚ ਅਸੀਂ ਸਾਰਾ ਕੁਛ ਤੁਹਾਨੂੰ ਦਿਖਾਵਾਂਗੇ ਜੀ। ਆਪਾਂ ਸਾਹਮਣੇ ਗੱਡੀਆਂ ਦੇਖ ਰਹੇ ਹਾਂ, ਇਹਨਾਂ ਦੇ ਵਿੱਚ ਆਪਾਂ 50 ਰੁਪਏ ਪਰ ਪਰਸਨ ਦੇ ਅਕੋਰਡਿੰਗ ਪੈਸੇ ਦੇ ਕੇ ਆਪਾਂ ਉੱਪਰ ਦੀ ਯਾਤਰਾ ਸ਼ੁਰੂ ਕਰ ਸਕਦੇ ਹਾਂ। ਇਹ ਤੁਹਾਨੂੰ 4 ਕਿਲੋਮੀਟਰ ਤੱਕ ਦੀ ਯਾਤਰਾ ਕਰਨ ਵਿੱਚ ਮਦਦ ਕਰਦੀਆਂ ਨੇ। 4 ਕਿਲੋਮੀਟਰ ਤੁਹਾਨੂੰ 50 ਰੁਪਏ ਦੇਣੇ ਪੈਂਦੇ ਆ ਇਸ ਪੁਲ ਦੇ ਰਾਹੀਂ ਹੁੰਦੇ ਹੋਏ। ਇਹ ਅੱਗੇ ਤੁਹਾਨੂੰ 4 ਕਿਲੋਮੀਟਰ ਰਸਤਾ ਪਾਰ ਕਰਾ ਕੇ ਤੁਹਾਨੂੰ ਅੱਗੇ ਛੱਡ ਦਿੰਦੀਆਂ ਨੇ, ਜਿੱਥੋਂ ਬਾਅਦ ਆਪਣਾ ਪੈਦਲ ਜਿਹੜੀ ਯਾਤਰਾ ਸ਼ੁਰੂ ਹੋ ਜਾਂਦੀ ਹੈ। ਇਸ ਵੀਡੀਓ ਨੂੰ ਇੱਥੇ ਕਰਦੇ ਹਾਂ ਸਮਾਪਤ ਜੀ। ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ 16 ਕਿਲੋਮੀਟਰ ਚੜ੍ਹਾਈ ਸ਼ੁਰੂ ਕਰਾਂਗੇ, ਉਹ ਜਗ੍ਹਾ ਦੇਖਾਂਗੇ ਜਿੱਥੋਂ ਆਪਾਂ ਘੋੜੇ ਲੈ ਸਕਦੇ ਹਾਂ ਅਤੇ ਉੱਪਰ ਦੀ ਚੜ੍ਹਾਈ ਸ਼ੁਰੂ ਕਰ ਸਕਦੇ ਹਾਂ। ਕਿੱਥੇ ਘੋੜੇ ਲਾਂਦੇ ਨੇ, ਕਿੱਥੇ ਹੈਲੀਕਾਪਟਰ ਦਾ ਹੈਲੀਪੈਡ ਬਣਿਆ, ਕਿੱਥੇ ਹੈਲੀਕਾਪਟਰ ਆਪਾਂ ਨੂੰ ਛੱਡਦਾ, ਉਹ ਸਾਰੀ ਆਪਾਂ ਜਗ੍ਹਾ ਦੇਖਾਂਗੇ। ਇਸ ਲਈ ਸਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਵੀ ਬਣੇ ਰਹੋ। ਤਦ ਤੱਕ ਲਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।